ਇੱਕ 1 ਫਰਵਰੀ ਨੂੰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਟਾਰੀ ਬਾਰਡਰ ਤੋਂ ਯਾਤਰਾ ਸ਼ੁਰੂ ਕੀਤੀ ਅਤੇ ਤਕਰੀਬਨ 3200 ਕਿਲੋਮੀਟਰ ਪੂਰੇ ਪੰਜਾਬ ਵਿੱਚ ਹਰ ਹਲਕੇ ਵਿੱਚ ਜਾ ਕੇ ਅੱਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇੱਥੇ ਪਹੁੰਚੇ ਹਾਂ ਜਿੱਥੇ ਸਾਰੇ ਤਕਰੀਬਨ 80 ਹਲਕੇ ਕਵਰ ਕਰਕੇ ਅਸੀਂ ਯਾਤਰਾ ਕੰਪਲੀਟ ਕਰ ਲਈ ਹੈ। ਇਹਦੇ ਬਾਅਦ ਸਾਰੀਆਂ ਹੁਣ ਰੈਲੀਜ਼ ਹੋਣਗੀਆਂ ਇਲੈਕਸ਼ਨ ਤੱਕ। ਜਦੋਂ ਮੈਂ ਸ਼ੁਰੂ ਕੀਤਾ, ਮੈਂ ਪਿੰਡਾਂ ਵਿੱਚ ਦੀ ਨਿਕਲਿਆ, ਸੰਗਤ ਨੂੰ ਮਿਲਿਆ, ਨੌਜਵਾਨਾਂ ਨੂੰ ਮਿਲਿਆ, ਕਿਸਾਨਾਂ ਨੂੰ ਮਿਲਿਆ, ਵਪਾਰੀਆਂ ਨੂੰ ਮਿਲਿਆ, ਖੇਤ ਮਜ਼ਦੂਰ ਨੂੰ ਮਿਲਿਆ। ਉਹਨਾਂ ਦੇ ਮਨ 'ਚ ਮੈਂ ਦੇਖਿਆ ਪ੍ਰੈਜੈਂਟ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਬਹੁਤ ਹੀ ਗੁੱਸਾ, ਕਿਉਂਕਿ ਉਹਨਾਂ ਨੂੰ ਠੱਗ ਲਿਆ ਗਿਆ। ਇੱਕ ਝੂਠ ਬੋਲ ਕੇ, ਲਾਰੇ ਲਾ ਕੇ, ਐ ਜੀ ਹਵਾ ਬਣਾ ਕੇ ਉਹ ਸਰਕਾਰ ਬਣਾ ਗਏ, ਪਰ ਸਰਕਾਰ ਬਣਾ ਕੇ ਉਹਨੇ ਆਪਣੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਸੰਭਾਲੀ, ਉਹ ਤਾਂ ਲੁੱਟਣ ਲੱਗ ਗਏ। ਉਹਨਾਂ ਨੇ ਜਿਹੜੀ ਟ੍ਰੈਡੀਸ਼ਨਲ ਪਾਰਟੀਆਂ ਅਕਾਲੀ ਦਲ ਵਰਗੀਆਂ ਦੇ ਖਿਲਾਫ ਐਡਾ ਝੂਠਾ ਪ੍ਰਚਾਰ ਕੀਤਾ ਕਿ ਇੱਕ ਮੌਕਾ ਦੇ ਦਿਓ, ਇੱਕ ਮੌਕਾ। ਉਹ ਇੱਕ ਮੌਕਾ ਇੰਨਾ ਮਹਿੰਗਾ ਪੈ ਗਿਆ ਪੰਜਾਬ ਵਾਸਤੇ ਕਿ ਅੱਜ 5-3 ਸਾਲ ਹੋ ਗਏ ਤਾਂ ਪੰਜਾਬ ਬਿਲਕੁਲ ਹੀ ਥੱਲੇ ਚਲੇ ਗਿਆ। ਤਕਰੀਬਨ 1,00,000 ਕਰੋੜ ਕਰਜ਼ਾ ਲੈ ਲਿਆ ਨੇ, ਨਸ਼ਾ ਘਰ ਘਰ ਫੈਲਾ ਦਿੱਤਾ, ਗੈਂਗਸਟਰ ਗੁੰਡਾਗਰਦੀ ਦਾ ਰਾਜ ਹੈ, ਫਰੌਤੀਆਂ ਲਈ ਜਾਂਦੀਆਂ, ਵਪਾਰੀ ਦੁਖੀ ਹੋ ਕੇ ਦੂਜੇ ਸੂਬਿਆਂ ਜਾਣ ਲੱਗ ਗਏ। ਅੱਛਾ, ਹਰ ਚੀਜ਼ ਝੂਠ, ਹਰ ਚੀਜ਼ ਝੂਠ। ਹੜ੍ਹ ਆ ਜਾਂਦੇ ਹੈ, ਗੜੇ ਪੈ ਜਾਂਦੇ ਹੈ, ਨੁਕਸਾਨ ਹੋ ਜਾਂਦਾ ਫਸਲਾਂ ਦਾ, ਕੋਈ ਮੁਆਵਜ਼ਾ ਨਹੀਂ, ਕੋਈ ਪੁੱਛਣ ਨਹੀਂ ਆਉਂਦਾ। ਐਂ ਲੱਗਦਾ ਹੈ ਕਿ ਸਰਕਾਰ ਹੈ ਹੀ ਨਹੀਂ। 1,000 ਕਰੋੜ ਰੁਪਏ ਲਾ ਕੇ ਆਪਣੇ ਪੋਸਟਰ, ਇਕੱਲੇ ਪੰਜਾਬ 'ਚ ਨਹੀਂ, ਹਿੰਦੁਸਤਾਨ ਦੇ ਕੋਨੇ ਕੋਨੇ 'ਚ ਪੰਜਾਬ ਦੇ ਖਜ਼ਾਨਾ, ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਕੇ ਦੂਜੇ ਸੂਬਿਆਂ 'ਚ ਆਮ ਆਦਮੀ ਪਾਰਟੀ ਤਗੜਾ ਕਰਨ 'ਤੇ, ਕੇਜਰੀਵਾਲ ਨੂੰ ਤਗੜਾ ਕਰਨ 'ਤੇ ਲੱਗਿਆ। ਇਹ ਤੋਂ ਘਟੀਆ ਇਨਸਾਨ ਕੋਈ ਹੋ ਨਹੀਂ ਸਕਦਾ। ਅਤੇ ਐਂ ਲੱਗਦਾ ਨਹੀਂ ਕੋਈ ਸਰਕਾਰ ਹੈ। ਕਿਸੇ ਨੂੰ ਕੋਈ ਤਕਲੀਫ ਆ, ਜੇ ਮੈਂ ਵਪਾਰੀਆਂ ਨੂੰ ਮਿਲਿਆ, ਉਹ ਕਹਿੰਦੇ ਸਾਨੂੰ ਤਕਲੀਫ ਆ, ਸਾਨੂੰ ਐਂ ਨਹੀਂ ਪਤਾ ਕਿਹਦੇ ਕੋਲ ਜਾਈਏ। ਇੰਡਸਟਰੀ ਨੂੰ ਹਾਲੇ ਤੱਕ ਇੱਕ ਵਾਰ ਵੀ ਨਹੀਂ ਮਿਲਿਆ। ਕਿਸਾਨ ਅੱਜ ਜਿਹੜੇ ਆਪਣੇ ਮੁਲਾਜ਼ਮ ਹੈ, ਰੋਜ਼ ਉਹਨਾਂ ਦੇ ਲਾਠੀਚਾਰਜ ਹੋ ਰਿਹਾ ਹੈ, ਕਿਸਾਨਾਂ 'ਤੇ ਲਾਠੀਚਾਰਜ ਹੋ ਰਿਹਾ। ਅਤੇ ਹੁਣ ਵੱਡੀ ਗੱਲ ਹੈ, ਦੇਖੀ ਹੈ ਕਿ ਹੁਣ BJP ਦੇ ਕੰਟਰੋਲ ਥੱਲੇ ਆ ਗਿਆ ਭਗਵੰਤ ਮਾਨ, ਕਿਉਂਕਿ ਜਿਹੜਾ ਸ਼ਰਾਬ ਦਾ ਘੁਟਾਲਾ ਦਿੱਲੀ ਹੋਇਆ, ਉੱਥੇ ਕੇਜਰੀਵਾਲ ਤੋਂ ਅੰਦਰ ਕਰਦਾ, ਉਹ ਤੋਂ ਵੱਡਾ ਘੁਟਾਲਾ ਭਗਵੰਤ ਮਾਨ ਨੇ ਕੀਤਾ, ਇਹਨੂੰ ਛੱਡੀ ਰੱਖਿਆ, ਕਿਉਂਕਿ ਇਹਨੂੰ ਹੁਣ ਵਰਤਣਾ। ਉਹਨਾਂ ਨੇ ਵਰਤਿਆ ਜਦੋਂ ਕਿਸਾਨ ਐਜੀਟੇਸ਼ਨ ਹੁਣ ਹੋਈ ਬਾਰਡਰ 'ਤੇ, ਦੋਨਾਂ ਨੇ ਉਹਨੂੰ ਪੁਲਿਸ ਨੂੰ ਕਿਹਾ, ਭਗਵੰਤ ਮਾਨ ਨੂੰ, ਕਿ ਤੁਸੀਂ ਕੁਛ ਨਹੀਂ ਕਰਨਾ, ਅਸੀਂ ਜੋ ਮਰਜ਼ੀ ਕੁੱਟੀਏ ਕਿਸਾਨਾਂ ਨੂੰ ਕੁਛ ਮਰੇ। ਪੁਲਿਸ ਆਪਣੀ ਬੈਠੀ ਰਹੀ, ਆਪਣੇ ਸੂਬੇ ਵਿੱਚ ਗੋਲੀਆਂ ਚਲਾਈਆਂ, ਇੱਥੇ ਹਥਰੂ ਗੈਸ ਸਿੱਟੇ, ਬੰਬ ਸਿੱਟੇ, ਇੱਥੋਂ ਬੰਦੇ ਚੱਕ ਕੇ ਹਰਿਆਣੇ 'ਚ ਲੈ ਗਏ, ਇੱਥੇ ਆਪਣੀ ਪੁਲਿਸ ਚੁੱਪ, ਕਿਉਂਕਿ ਡਾਇਰੈਕਟ ਕੰਟਰੋਲ ਹੁਣ ਭਗਵੰਤ ਉਦੋਂ ਹੈਗਾ। ਅਤੇ ਹੁਣ ਜਿਹੜਾ ਮੈਨੂੰ 100% ਯਕੀਨ ਹੈ ਕਿ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਪਣੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਓ ਅਤੇ ਕੰਟਰੋਲ ਕਰੂਗਾ BJP, ਜਿਵੇਂ ਮਹਾਰਾਸ਼ਟਰ
ਇਹਨਾਂ ਨੇ ਸ਼ਿਵ ਸੈਨਾ ਤੋੜੀ ਹੈ ਅਤੇ ਸ਼ਰਦ ਪਵਾਰ ਦੀ ਪਾਰਟੀ ਤੋੜੀ ਹੈ। ਸੋ ਮੈਂ ਜਿਹੜਾ ਬੇਨਤੀ ਜਿਹੜੀ ਲੋਕਾਂ ਦੀ ਜਿਹੜੀ ਭਾਵਨਾ ਸਮਝ ਕੇ ਮੈਂ ਇੱਕ ਫੀਲ ਕਰ ਰਿਹਾ ਕਿ ਲੋਕ ਵਾਪਸ ਚਾਹੁੰਦੇ ਆ ਕਿ ਉਹਨਾਂ ਦੀ ਖੇਤਰੀ ਪਾਰਟੀ ਤਕੜੀ ਹੋ। ਅੱਜ ਇਹ ਜਿਹਾ ਰਿਸਪੋਂਸ ਮਿਲਿਆ ਲੋਕਾਂ ਦੇ ਮੈਂ ਚਿਹਰਿਆਂ 'ਚ ਹੈ, ਬਹੁਤ ਲੋਕ ਮੇਰੇ ਕੋਲ ਆਏ ਹੈ ਅਤੇ ਕਹਿੰਦੇ ਜੀ ਪੰਜਾਬ ਨੂੰ ਬਚਾ ਲਓ, ਤੁਸੀਂ ਬਚਾ ਸਕਦੇ। ਅੱਜ ਮੈਂ ਇੱਕ ਇੰਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਅਸੀਂ ਰੋਪੜ ਯਾਤਰਾ ਥਰੂ ਰੋਪੜ ਸ਼ਹਿਰ 'ਤੇ ਟੱਪ ਰਹੇ ਸੀ, ਇੱਕ ਥਰੀ ਵੀਲਰ ਵਾਲਾ ਚਲਾ ਰਿਹਾ ਸੀ। ਉਹਨੇ ਥਰੀ ਵੀਲਰ ਮੈਨੂੰ ਦੇਖਿਆ ਆਇਆ ਮੋੜਿਆ ਅਤੇ ਮੇਰੇ ਅੱਗੇ ਆ ਕੇ ਗੱਡੀ ਦੇ ਸਾਹਮਣੇ ਆ ਕੇ ਥਰੀ ਵੀਲਰ ਲਾ ਲਿਆ। ਆਪ ਕੱਲਾ ਡਰਾਈਵਰ ਉਹ ਨਿਕਲਿਆ ਅਤੇ ਭੱਜ ਕੇ ਮੇਰੇ ਕੋਲ ਆਇਆ, ਆਪਣੀ ਜੇਬ ਤੋਂ 20 ਰੁਪਏ ਕੱਢੇ, ਆਹ 20 ਰੁਪਏ ਕੱਢੇ ਅਤੇ ਕਹਿੰਦਾ ਜੀ ਆਪਣੇ ਇਸ ਮੇਰਾ ਯੋਗਦਾਨ ਪਾਓ, ਇਸ ਸਰਕਾਰ ਤੋਂ ਸਾਡਾ ਕਿਹੜਾ ਛਡਾਓ। ਦੇਖੋ ਇੱਕ ਥਰੀ ਵੀਲਰ ਗਰੀਬ ਆਦਮੀ 20 ਰੁਪਏ ਆਪਣੇ ਜਿਹੜਾ ਜਿਹਦੇ ਵਿਚਾਰੇ ਕੋਲ ਮਸਾਂ 50 ਰੁਪਏ ਕਮਾਉਂਦਾ ਨਾ ਦਿਹਾੜੀ 'ਚ, ਆਹ ਫੀਲਿੰਗ ਹੈ ਲੋਕਾਂ ਦੀ। ਕਹਿੰਦੇ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ। ਆਹ ਤਾਂ ਮੈਂ ਤੁਹਾਨੂੰ ਸਹੀ ਦੱਸਾਂ, ਆਹ ਹੈ ਲੋਕਾਂ ਦੀਆਂ ਭਾਵਨਾ। ਅਤੇ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ, ਆਹ ਦਿੱਲੀ ਵਾਲੀਆਂ ਪਾਰਟੀਆਂ ਬੜੇ ਡਰਾਮੇ ਕਰ ਰਹੀਆਂ, ਹੁਣ ਵੀ ਕਰਨਗੀਆਂ, ਹੁਣ ਨਾ ਤਜਰਬਾ ਕਰੋ। ਤੁਹਾਡੀ ਮਾਂ ਪਾਰਟੀ ਖਾਲਸਾ ਪੰਥ ਦੀ ਫੌਜ, ਪੰਜਾਬੀਆਂ ਦੀ ਫੌਜ, ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ। ਜੇ ਅਕਾਲੀ ਦਲ ਤਕੜਾ ਤਾਂ ਆਪਾਂ ਸਾਰੇ ਤਕੜੇ ਹਾਂ। ਅੱਜ ਅਕਾਲੀ ਦਲ ਨੂੰ 10 ਸਾਲ ਤੁਸੀਂ ਕਮਜ਼ੋਰ ਰੱਖਿਆ ਅਤੇ ਨੁਕਸਾਨ ਵੀ ਆਪਣਾ ਹੀ ਹੋਇਆ। ਅਕਾਲੀ ਦਲ ਹੈ ਜਿਹਨੇ ਸਾਰਾ ਪੰਜਾਬ ਨੂੰ ਡਿਵੈਲਪ ਕੀਤਾ ਅਤੇ ਵਾਪਸ ਉਹ ਖੁਸ਼ੀਆਂ ਦੇ ਦਿਨ ਵਾਪਸ ਲੈ ਕੇ ਆਈਏ। ਅਸੀਂ ਵਚਨਬੰਧ ਆ, ਸਾਡੇ ਵਾਸਤੇ ਪੰਜਾਬ ਵਾਸਤੇ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ। ਮੁਆਵਜ਼ਾ ਇਕੱਲਾ ਉਹ ਨਹੀਂ ਹੈ, ਪਿਛਲੇ ਸਾਲ ਗੜੇ ਪਏ, ਝੋਨੇ ਖਰਾਬ ਹੋਏ, ਨਰਮੇ ਖਰਾਬ ਹੋਏ, ਅਨਾਊਂਸ ਕੀਤੇ ਗਏ, ਕਹਿੰਦੇ ਮੁਰਗੀਆਂ ਦੇ ਅਤੇ ਪਤਾ ਨਹੀਂ ਬੱਕਰੀਆਂ ਦੇ ਵੀ ਦਊਂਗਾ, ਕਿੱਥੇ ਬੰਦਿਆਂ ਦਾ ਨਹੀਂ ਦਿੱਤਾ, ਘੜਾਂ ਦਾ ਨਹੀਂ ਦਿੱਤਾ, ਜਿਹੜਾ ਹੈਗਾ ਉਹ ਨਹੀਂ ਦਿੱਤਾ। ਹੁਣ ਉਹਦੇ ਬਾਅਦ ਹੜ੍ਹ ਆਏ ਪਰ ਪੰਜਾਬ 'ਚ ਡੁੱਬ ਗਏ ਲੋਕ। ਅਕਾਲੀ ਦਲ 'ਤੇ ਮੈਂ ਵਧਾਈ ਦੇਣਾ ਅਤੇ ਮੈਨੂੰ ਮਾਣ ਹੈ ਕਿ ਸਾਡੇ ਵਰਕਰਾਂ ਨੇ ਭਾਵੇਂ ਕੋਈ ਰਾਸ਼ਨ ਹੋਏ, ਭਾਵੇਂ ਕੋਈ ਚਾਰਾ ਹੋਏ, ਜਿੰਨੀ ਸਮਰੱਥਾ ਅਸੀਂ ਕਰਕੇ ਮਦਦ ਕੀਤੀ, ਪਰ ਇਹ ਝਾੜੂ ਵਾਲੇ ਤਾਂ ਦਿਖਾਈ ਨਹੀਂ ਦਿੱਤੇ, ਨਾ ਇਹਨਾਂ ਦਾ ਮੁੱਖ ਮੰਤਰੀ ਦਿਖਾਈ ਦਿੱਤਾ, ਹੁਣ ਫਿਰ ਤੋਂ ਗੜੇ ਪੈ ਗਏ। ਆਹ ਜਿਹੜਾ ਇਹ ਖੇਤੀਬਾੜੀ ਮੰਤਰੀ ਹੈ ਜਿਹੜਾ ਇਹਨਾਂ ਦਾ ਲੜ ਰਿਹਾ ਆਪਣੇ ਬਠਿੰਡਾ ਪਾਰਲੀਮੈਂਟ ਤੋਂ ਖੁੱਡੀਆਂ, ਉਹਦੇ ਪਿੰਡ ਤੋਂ 20 ਕਿਲੋਮੀਟਰ ਤੋਂ ਗੜੇ ਪੈਣੇ ਸ਼ੁਰੂ ਹੋਏ, 100 ਪਿੰਡ ਤਬਾਹ ਕਰਤੇ, ਇੱਕ ਦਿਨ ਗਿਆ ਵੀ ਨਹੀਂ, ਤਾਂ ਹੀ ਉਹਨੂੰ ਵੰਡ ਨਹੀਂ ਦੇ ਰਹੇ। ਸੋ ਆਹ ਰਾਜ ਕਰਨ ਵਾਸਤੇ ਆਏ ਹੈ, ਸੇਵਾ ਕਰਨ ਵਾਸਤੇ ਨਹੀਂ ਆਏ, ਆਹ ਲੁੱਟਣ ਵਾਸਤੇ ਆਏ ਹੈ। ਜੇ ਸੇਵਾ ਕਰਨ ਵਾਲੇ ਆਉਂਦੇ ਸੀ ਤਾਂ ਉਸਦਾ ਪ੍ਰਕਾਸ਼ ਸਿੰਘ ਬਾਦਲ ਸੀ। ਥੈਂਕ ਯੂ, ਥੈਂਕ ਯੂ। ਇਹ ਹੈ ਅਸੀਂ ਇਕੱਲੇ ਹਾਂ ਅਤੇ ਇਕੱਲੇ ਲੜਨਾ, ਖਾਲਸਾ ਫੌਜ ਇਕੱਲੀ ਲੜੀ ਜਾਂਦੀ ਹੈ, ਸਾਡੇ ਵਾਸਤੇ ਸਾਡੇ ਅਸੂਲ ਹੈ।